बिस्मिल्लाह रहमान रहीम। मेरे वालों मेरे देखने वाले सारे भैन भाइयों अस्सलाम वालेकुम। मेरी दुआ अल्लाह ताला तुम खुश रखे, आबाद रखे, थोड़े सारे दुख तकलीफों दूर करे, सदा हंसते रहो, मुस्कुराते रहो। इस दुआ के नाल अज की वीडियो शुरू करते हैं। वीडियो शुरू करने तो पहले साड़ी एक रिक्वेस्ट है, अगर तुम साढ़े चैनल में सबसक्राइब नहीं किया तो इन्हें सबसक्राइब कर लो, बैल के बटन भी जरूर दबायो ताकि साड़ी हर आने वाली वीडियो का नोटिफिकेशन थानूं बर वक्त मिलता रहे। तो अज की वीडियो शुरू कर दें। अच्छा जी, मोइस बेटा भी सुता हुआ वा, तो जवेद भी पानी लगा के आए थे, कम कुम करके आए थे, तो ये भी सो गया। तो मोइस पहले अपने पापा नाल सुता सी, फिर जवेद उठ के शायद दूसरी चारपाई तो हो गया। तो मोइस माशाल्लाह बड़ा हो गया वा, चार साल का, लेकिन फिर भी अपने पापा नाल ही सौंदा वा, इन्हें ऐसी आदत हुई हुई है। तो कार बड़ी जबरदस्त चलती है, इस तरह की ब्लैक एक और भी है ना, ओना नहीं सही चलती है ना, बड़ी जबरदस्त चलती है। चलो जिस दिन पता पड़ गया ना कार से जाऊंगे तो फिर ये पार से जाएगा। सही है, नवी चप्पल। अभी कहने लगे भी बहुत प्यारी चप्पल है, तो जवेद वास्ते ले लेने हैं। तो जवेद ना इस तरह की थोड़ी जी ऊंची पसंद कर रहे हैं। वो हम थोड़ी पहले एक चप्पल लेके आई थी, वो बहुत ही सादा वा, ये सोनी लग रही ज्यादा भाई, इस तरह की। मैं तो भुख लग गई, भुख लग गई। समान मंगवाया सेब क्या ले आयो, ठीक है। अमरूद कहिंदा कोई नहीं मिलदे इत्थे अजे, तो फ्रिज रख दो ना ठंडा। अपने शोहर नूं अपने मर्द नूं बीवी नूं झूठी चीज़ नहीं देनी चाहिए, बीवी खा सकती है अपने शोहर की झूठी, लेकिन बीवी अपनी झूठी नहीं शोहर नूं दे सकती। मैं कह सियाणे दी गल्लां कोई सही नहीं आ, आलो कुछ पियो पहले मैं बाद च पीऊं। चलो सही, भर्ती पानी है, मैं चलो मैं बना दनी, दूध थोड़ा जा पिया सी अच्छा जी। जवे चाय पी के करा लगा चले गए, तो यह डोल च थोड़ी जी मैं लस्सी लिया के आई हाँ, तो यह थोड़ा जहा उस दिन का तेल बचा हुआ वा, तो ये देना वा गां, मैं कहनी हाँ भी लस्सी मिक्स कर लाँ तेल,
ਤੇ ਜਵੇਦ ਕਰਾ ਲਾਂਦੇ ਪਏ ਤੇ ਨਾਲਕਾ ਵੀ ਲੈ ਜਾਂਦੀਆਂ ਤੇ ਉਹਨਾਂ ਨੂੰ ਕਹੂੰਗੀ ਗਾਂ ਨੂੰ ਨਾ ਦੇ ਦਿੰਦੇ ਆ ਦੂਧ ਦਿੰਦੀ ਆ ਤੇ ਸਾਡੇ ਇਲਾਕੇ 'ਚ ਖੁਸ਼ਕੀ ਬਹੁਤ ਜ਼ਿਆਦਾ ਵਾ ਜਾਨਵਰਾਂ ਨੂੰ ਤੇਲ ਤੂਲ ਦੇਣਾ ਹੀ ਪੈਂਦਾ ਖੋਲ੍ਹੀ ਗਿਆ ਸ਼ੁਕਰ ਖੁੱਲ੍ਹ ਗਿਆ ਪਿਛਲੇ ਸਾਲ ਅਸੀਂ ਸਰੋਂ ਨਹੀਂ ਸੀ ਬੀਜੀ ਐਤਕੀ ਇਨਸ਼ਾ ਅੱਲਾ ਸਰੋਂ ਬੀਜਾਂਗੇ ਜਾਨਵਰਾਂ ਵਾਸਤੇ ਰੱਬੂ ਜੀ ਉਹਨਾਂ ਦਾ ਇਲਾਕਾ ਨਾ ਉਹ ਇੰਨਾ ਖੁਸ਼ਕ ਨਹੀਂ ਹੈ ਅਤੇ ਜਿਹੜਾ ਸਾਡਾ ਇਲਾਕਾ ਵਾ ਨਾ ਬਹੁਤ ਜ਼ਿਆਦਾ ਖੁਸ਼ਕ ਆ ਅਤੇ ਮਾਲ ਨੂੰ ਤੇਲ ਦੇਣਾ ਪੈਂਦਾ ਵਾ ਜੀ ਕਿੱਦਾਂ ਤਬੀਅਤ ਠੀਕ ਹੈ ਤੁਹਾਡੀ ਚੱਲ ਆ ਦਿਖਾ ਮੈਨੂੰ ਕਿਹੜਾ ਪੀਤਾ ਕਿਦਾਂ ਜੀ ਫਰਕ ਹੈਗਾ ਹੁਣ ਅੱਗੇ ਨਾਲ ਦਵਾਈ ਕਿਹੜੀ ਖਾਂਦੀ ਹੈ ਫਰਕ ਤਾਂ ਹੈਗਾ ਆ ਫੇਰ ਹੋ ਜਾਂਦੀ ਜਦੋਂ ਕੰਮ ਕਰਦੀ ਇੱਕ ਛਾਮਾਂ ਦਾ ਗਾਂ ਧੜਕਾ ਮਾਰਿਆ ਤਾਂ ਤੁਸੀਂ ਗਾਂ ਨਾ ਜਾਇਓ ਕਰ ਛਾ ਪਾਣੀ ਡਾਉਂਦੇ ਸੀ ਕਹਿੰਦਾ ਮੈਂ ਛੱਡਣੀ ਹੈ ਮੈਂ ਮਗਰ ਛੱਡ ਲਈ ਮੋਹਿਤ ਨੇ ਹੋਰ ਆਹ ਪੀਤਾ ਇਹ ਨਹੀਂ ਮਿਲਦਾ ਇਹ ਮਿੱਠੇ ਸੀਰਪ ਪੀ ਲੈਂਦਾ ਨਾ ਪੁੱਤ ਪੀਆ ਕਰ ਇਹ ਅੰਮੀ ਦੀ ਆ ਠੀਕ ਹੈ ਨਾ ਤੁਸੀਂ ਨਾ ਪੀਆ ਕਰ ਤੇ ਜੋੜਾ ਦੇ ਤੂੰ ਨਾ ਪੀਆ ਕਰ ਤੇ ਰੱਖਿਆ ਉੱਤੇ ਅੰਮੀ ਜੀ ਨੇ ਠੀਕ ਹੈ ਨਾ ਕਮਰੇ 'ਚ ਗਰਮੀ ਬਹੁਤ ਜ਼ਿਆਦਾ ਤੇ ਬਿਜਲੀ 4 ਘੰਟੇ ਹੋਏ ਅਜੇ ਤੱਕ ਨਹੀਂ ਆਈ ਹੁਣ ਆ ਵੀ ਪੀਣਾ ਵਾ ਹੁਣ ਉਹ ਆ ਵੀ ਪੀਣਾ ਉਹ ਬਹੁਤ ਨਾ ਪੀਏ ਕੋਰੇ ਨਹੀਂ ਚੰਗੇ ਹੁੰਦੇ ਠੀਕ ਹੈ ਨਾ ਅੱਜ ਤੋਂ ਬਾਅਦ ਨਹੀਂ ਪੀਣੇ ਖਤਮ ਹੋ ਗਿਆ ਤਾਂ ਕੰਮ ਲਿਆ ਦੋ ਹਰਾ ਸਿਰਪ ਅੱਛਾ ਸ਼ਾਮ ਦਾ ਟਾਈਮ ਹੋ ਗਿਆ ਤੇ ਡੰਗਰਾਂ ਨੂੰ ਪੱਠੇ ਪਾਉਣੇ ਦਾ ਹੋ ਗਿਆ ਟਾਈਮ ਤੇ ਆਸੀਆ ਮੈਨੂੰ ਪੱਠੇ ਚੁਕਾਉਣ ਆਈ ਹੈ ਕਿਉਂਕਿ ਬਾਜਰਾ ਹੁੰਦਾ ਨਾ ਕੁਤਰਿਆ ਹੋਇਆ ਵਜ਼ਨ ਨਹੀਂ ਹੁੰਦਾ ਇਕੱਲੇ ਕੋ ਮਗਰੀ ਚੁੱਕਣੀ ਮੁਸ਼ਕਲ ਹੋ ਜਾਂਦੀ ਉਹ ਸਮਝ ਲੱਗਾ ਟਰਾਲੀ ਤੇ ਪਤਾ ਨਹੀਂ ਕਿਹੜੀ ਚੀਜ਼ ਲੋਡ ਕੀਤੀ ਹੈ ਕਿਹੜੀ ਲੋਡ ਇਹ ਨਾ ਤੂੜੀ ਦੀਆਂ ਪੰਡਾਂ ਹੋਣੀਆਂ ਹੁਣ ਲੱਗਦਾ ਅੱਛਾ ਮੰਗਿਆਈ ਇੰਨੀ ਆਵਾਮ ਹੁਣ ਤੂੜੀ ਵੇਚ ਕੇ ਗੁਜ਼ਾਰਾ ਕਰਨ ਡਈ ਬਸ ਕੀ ਕਰੇ ਦੁਨੀਆ ਹੁਣ ਬਹੁਤ ਮੰਗਿਆਈ ਚਲੋ ਆਓ ਪੱਠੇ ਚਕਾ ਦਿਓ ਚਲੋ ਤੇ ਬੱਦਲ ਵਾਵਾ ਆਉਣ ਡਿਆ ਚੌਕਾਜ਼ਮ ਵੱਲੋਂ ਮੈਨੂੰ ਲੱਗਦਾ ਬਾਹਰ ਚੌਕਾਜ਼ਮ ਤੇ ਹੋ ਗਈ ਹੈ ਭਾਈ ਨਸਰਲਾ ਦੀ ਕਾਲ ਆਈ ਸੀ ਤੇ ਲੱਗਦਾ ਮੈਨੂੰ ਹੁਣ ਸਾਡਾ ਨੰਬਰ ਲੱਗਣੇ ਵਾਲਾ ਇਨਸ਼ਾਅੱਲਾ ਹਾਂਜੀ ਪੱਠੇ ਪਾ ਲਓ ਮਾਲ ਬਣ ਲਓ ਨਹੀਂ ਲੱਗੇ ਮਾਲ ਬਣਾ ਮੋਈ ਨੇ ਉਹ ਆਪਣੀ ਫੁੱਲੀ ਬੱਕਰੀ ਵਾਲੀ ਸਾਰੀਆਂ ਇੱਟਾਂ ਕੱਢ ਦਿੱਤੀਆਂ ਥੱਲੇ ਅੱਛਾ ਜੀ ਸ਼ਾਮ ਦਾ ਟਾਈਮ ਹੋ ਗਿਆ ਅਤੇ ਡੰਗਰਾਂ ਨੂੰ ਪੱਠੇ ਪਾਉਣੇ ਦਾ ਹੋ ਗਿਆ ਟਾਈਮ ਅਤੇ ਆਸੀਆ ਮੈਨੂੰ ਪੱਠੇ ਚੁਕਾਉਣ ਆਈ ਹੈ ਕਿਉਂਕਿ ਬਾਜਰਾ ਹੁੰਦਾ ਨਾ ਕੁਤਰਿਆ ਹੋਇਆ ਵਜ਼ਨ ਨਹੀਂ ਹੁੰਦਾ ਇਕੱਲੇ ਕੋ ਮਗਰੀ ਚੁੱਕਣੀ ਮੁਸ਼ਕਲ ਹੋ ਜਾਂਦੀ ਉਹ ਸਮਝ ਲੱਗਿਆ ਟਰਾਲੀ ਤੇ ਪਤਾ ਨਹੀਂ ਕਿਹੜੀ ਚੀਜ਼ ਲੋਡ ਕੀਤੀ ਹੈ ਕਿਹੜੀ ਲੋਡ ਇਹ ਨਾ ਤੂੜੀ ਦੀਆਂ ਪੰਡਾਂ ਹੋਣੀਆਂ ਹੁਣ ਲੱਗਦਾ ਅੱਛਾ ਮੰਗਿਆਈ ਇੰਨੀ ਆਵਾਮ ਹੁਣ ਤੂੜੀ ਵੇਚ ਕੇ ਗੁਜ਼ਾਰਾ ਕਰਨ ਡਈ ਬਸ ਕੀ ਕਰੇ ਦੁਨੀਆ ਹੁਣ ਬਹੁਤ ਮੰਗਿਆਈ ਚਲੋ ਆਓ ਪੱਠੇ ਚੁਕਾ ਦਿਓ ਚਲੋ ਤੇ ਬੱਦਲ ਵਾਵਾ ਆਉਣ ਡਿਆ ਚੌਕਾਜ਼ਮ ਵੱਲੋਂ ਮੈਨੂੰ ਲੱਗਦਾ ਬਾਹਰ ਚ ਚੌਕਾਜ਼ਮ ਤੇ ਹੋ ਗਈ ਹੈ ਭਾਈ ਨਸਰਲਾ ਦੀ ਕਾਲ ਆਈ ਸੀ ਤੇ ਲੱਗਦਾ ਮੈਨੂੰ ਹੁਣ ਸਾਡਾ ਨੰਬਰ ਲੱਗਣੇ ਵਾਲਾ ਇਨਸ਼ਾਅੱਲਾ ਹਾਂਜੀ ਪੱਠੇ ਪਾ ਲਓ ਮਾਲ ਬਣ ਲਓ ਨਹੀਂ ਲੱਗੇ ਮਾਲ ਬਣਾ ਮੋਈ ਨੇ ਉਹ ਆਪਣੀ ਫੁੱਲੀ ਬੱਕਰੀ ਵਾਲੀ ਸਾਰੀਆਂ ਇੱਟਾਂ ਕੱਢ ਦਿੱਤੀਆਂ ਥੱਲੇ ਚੂਹੇ ਅੱਛਾ ਜੀ ਸਾਡੇ ਪੱਠਿਆਂ ਵਾਲੇ ਅੱਡੇ 'ਚ ਨਾ ਬਹੁਤ ਜ਼ਿਆਦਾ ਚੂਹੇ ਆ ਜਵੇਦ ਦੇ ਪੈਰਾਂ 'ਚ ਚੂਹਾ ਦੌੜ ਫਿਰਦਾ ਸੀ ਜਵੇਦ ਇੱਦਾਂ ਟੱਪੇ ਨਾ ਕਿਹੜੀ ਬਲਾ ਆ ਗਈ ਅੱਛਾ ਆਹ ਜਿਹੜਾ ਪੱਖਾ ਲਾਇਆ ਸੀ ਤੁਸੀਂ ਇਹ ਟੁੱਟ ਗਿਆ ਟੁੱਟ ਕਿੱਦਾਂ ਗਿਆ ਉਹ ਨਟ ਖੁੱਲਿਆ ਉਹਦਾ ਆਹਨੇ ਜਗਾੜ ਜਿਹਾ ਲਾਇਆ ਸੀ ਅੱਛਾ ਜਗਾੜ ਜਿਹਾ ਇਹਨੇ ਨਾਗਟ ਲਾਇਆ ਸੀਗਾ ਲੇਕਿਨ ਇਹਨੂੰ ਨਟ ਢਿੱਲਾ ਰਹਿ ਗਿਆ ਹਾਂ 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 ਤੇ ਉਹ ਨਟ ਖੁੱਲ ਗਿਆ ਚੱਲਦੇ ਤੇ ਅੱਛਾ ਮੈਂ ਪੱਠੇ ਤੋਂ ਦਰਦਾਂ ਸੀਗਾ ਸ਼ੁਕਰ ਬਾਚੀਆਂ ਦੇ ਮੇਰੇ ਸਿਰ ਨਹੀਂ ਆਇਆ ਸ਼ੁਕਰ ਆ ਤੁਹਾਡੇ ਲੱਗ ਨਹੀਂ ਗਿਆ ਮੇਰੇ ਤਾਂ ਨਿਕਲ ਗਿਆ ਬਾਹਰ ਮੈਂ ਕਿਹਾ ਤੜਾਲ ਤੜਾਲ ਪਤਾ ਨਹੀਂ ਕੀ ਹੋ ਗਿਆ ਇੱਕ ਟੁੱਟ ਗਿਆ ਨਾ ਪਰ ਹਾਂਜੀ ਪਰ ਨਵਾਂ ਲਿਆ ਪੱਖਾ ਪਾਉਣਾ ਪੈਣਾ ਬਾਕੀ ਮੋਟਰ ਠੀਕ ਆ ਅੱਛਾ ਚਲਾਓ ਤਾਂ ਚੱਲਦਾ ਖੜੇ ਰਹੋਗੇ ਉਸ ਤਰ੍ਹਾਂ ਪੱਠੇ ਕੁੱਤ ਕੇ ਰੱਖੀ ਦੇ ਤਾਂ ਮੈਂ ਨਾ ਇੱਕ ਪੱਲੀ ਦੇ ਵਿੱਚੋਂ ਭੇਸ ਤੇ ਰੱਖ ਲੈਣਾ ਕਿਉਂਕਿ ਦੁਬਾਰਾ ਮੈਨੂੰ ਪਾਉਣੀ ਨਹੀਂ ਦਿੰਦੇ ਪਏ ਮੈਂ ਇਸ ਤਰ੍ਹਾਂ ਹੀ ਚੱਕਣੀ ਹੁੰਦੀ ਪਾ ਦੇਣੇ ਹੁੰਦੇ ਆ ਹਾਂ ਤੇ ਕੁੱਲੀ ਚ ਪਾ ਦੇਣੀ ਹੁੰਦੀ ਠੀਕ ਆ ਵਸਨੀ ਇਕੱਲੇ ਕੋ ਹਿਲਦੀ ਨਹੀਂ ਮੈਂ ਲਵਾਉਣੀ ਤੁਹਾਡੇ ਮਗਰੀ ਤੁਹਾਡੇ ਕੋਲ ਨਹੀਂ ਚਕਾਉਣੀ ਕੱਲ੍ਹ ਮੋਰੀ ਤਾਂ ਹੀ ਵਾ ਚਕਾ ਕੇ ਗਏ ਮੈਨੂੰ ਚਕਾ ਲਈ ਸੀ ਇਹਨਾਂ ਨੇ ਹਾਂਜੀ ਚਲੋ ਕੋਸ਼ਿਸ਼ ਕਰੋ ਤਾਂ ਬਹੁਤ
ਨਹੀਂ ਨਹੀਂ ਅੱਜ ਨਹੀਂ ਨਾ ਕੁਝ ਕਾਹ ਵਜਨੀ ਪੱਠੇ ਵਜਨੀ ਉਹ ਬੁੱਲੀਆਂ ਨਾ ਨਾਲ ਐਸੇ ਅੱਛਾ ਹੂੰ ਹੂੰ